ਤੁਹਾਨੂੰ ਦੀਦੀ ਆ ਮੇਰੀ ਹਾਲਤ, ਲੰਬਾ ਸਮਾਂ ਹੈ ਨਹੀਂ ਗਾ, ਪਰ ਜੇ ਮੈਨੂੰ ਕੁਛ ਹੋ ਜਾਂਦਾ, ਜੇ ਕੋਈ ਵਕੀਲ ਇੱਥੇ ਹੈਗੇ ਆ ਤਾਂ ਉਹਦਾ ਜ਼ਿੰਮੇਵਾਰ ਭਗਵੰਤ ਸਿੰਘ ਮਾਨ ਹੈ। ਕਾਨੂੰਨ ਦੀ ਲੰਘਣਾ ਜਾਂ ਸਜ਼ਾ ਪੂਰੀ ਹੋ ਗਈ ਫਿਰ ਕਿਉਂ ਨਹੀਂ ਰਿਹਾ ਹੁੰਦੇ? ਸਰਕਾਰ ਕਾਨੂੰਨ ਦੀ ਲੰਘਣਾ ਕਰ ਰਹੀ ਹੈ, ਮੇਰੇ ਵਰਗਾ ਕੋਈ ਕਰਜ਼ੇ ਤਾਂ ਗੱਲ ਵੱਖਰੀ ਆ। ਪੁਲਿਸ ਪ੍ਰਸ਼ਾਸਨ ਨੇ ਆਪਣੇ ਆਲਾ ਅਫਸਰਾਂ ਨਾਲ ਅਤੇ ਸਰਕਾਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦਾ ਦੱਸਣਾ ਇਹ ਹੈ ਕਿ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਹੈ ਕਿ ਤੁਸੀਂ ਜੋ ਮਰਜ਼ੀ ਕਰੋ ਅਸੀਂ ਇਹਨਾਂ ਨੂੰ ਨਹੀਂ ਲੈ ਕੇ ਜਾਣ ਦਿਆਂਗੇ। ਸੋ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸਾਰੀ ਸਮੁੱਚੀ ਟੀਮ, ਸਾਰੀਆਂ ਸਿੱਖ ਸੰਗਤਾਂ ਇਸ ਮਾੜੀ ਹੁਕਮਰਾਨ ਸਰਕਾਰ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜੜ੍ਹਾਂ ਪੋਲੀਆਂ ਕਰ ਦੇਣਗੇ, ਇਹਨਾਂ ਨੂੰ ਉਹ ਸਬਕ ਸਿਖਾਉਣਗੇ ਜਿਹੜਾ ਇਹ ਚੇਤੇ ਰੱਖਣਗੇ। ਬਕਾਇਦਾ SHO ਸਾਹਿਬ ਆਪਦੀ ਗੱਡੀ 'ਚ ਬਿਠਾ ਕੇ ਲੈ ਕੇ ਗਏ ਆ ਪਾਸਪੋਰਟ ਆਫਿਸ। ਜੇ ਉਦੋਂ ਕੋਈ ਦਿੱਕਤ ਨਹੀਂ ਆਈ ਤਾਂ ਆਪਣੀ ਕੌਮ ਦੇ ਨਾਲ ਖੜਨ ਲਈ ਇੱਕ ਦਿਨ ਦੇਣ ਵਾਸਤੇ ਇਸ ਸਰਕਾਰ ਨੂੰ ਕੀ ਦਿੱਕਤ ਸੀ? ਜੇ ਮੰਜੇ 'ਤੇ ਵੀ ਪਿਆ, ਇਹ ਤਾਂ ਫਿਜ਼ੀਕਲ ਹੋ ਗਿਆ। ਮੈਂ ਜਵਾਨੀ ਦਾ ਜਵਾਨ ਨਾਲ ਤਾਂ ਕੁਛ ਬੋਲ ਸਕਦਾ, ਮੇਰਾ ਇੱਕ ਅੱਖਰ ਰਿਕਾਰਡ ਰੇਟ ਵਿੱਚ ਮੈਂ ਕਦੇ ਕੋਈ ਵਾਇਲੇਟਿਡ ਗੱਲ ਕੀਤੀ ਆ। ਪ੍ਰਸ਼ਾਸਨ ਰਾਤ ਦੇ 1 ਵਜੇ ਤੱਕ ਸਾਨੂੰ ਲਾਰਾ ਲਾਉਂਦਾ ਰਿਹਾ ਅਤੇ ਅੱਜ ਸਮੁੱਚੇ ਸਿੱਖਾਂ ਦਾ, ਸਮੁੱਚੀਆਂ ਸਿੱਖ ਸੰਗਤਾਂ ਦਾ ਮਨ ਜਿਹੜਾ ਹਿਰਦਾ ਉਹ ਵਲੁੰਦਰਿਆ ਗਿਆ ਔਰ ਇਸ ਸਰਕਾਰ ਨੇ ਆਪਦੇ ਮੱਥੇ ਦੇ ਉੱਤੇ ਕਲੰਕ ਲਵਾ ਲਿਆ। ਬਾਪੂ ਸੂਰਤ ਸਿੰਘ ਖਾਲਸਾ ਨੇ ਆਪਣੀ ਮੌਤ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਸਮਰਥਨ ਕੀਤਾ ਸੀ ਤੇ ਹੁਣ ਉਹਨਾਂ ਨੇ ਮੂੰਹ ਫੇਰ ਲਿਆ। ਉੱਥੇ ਦੂਜੇ ਪਾਸੇ ਬਾਪੂ ਸੂਰਤ ਸਿੰਘ ਖਾਲਸਾ ਦੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨਾਲ ਮੋਰਚੇ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਤੋਂ ਬਾਅਦ ਮੋਰਚੇ ਦੇ ਮੈਂਬਰਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਦੀ ਕਥਿਤ ਵਸੀਅਤ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਉਹ 14 ਅਪ੍ਰੈਲ ਤੋਂ 18 ਅਪ੍ਰੈਲ ਤੱਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰੱਖਣਗੇ ਅਤੇ ਉਸ ਤੋਂ ਬਾਅਦ ਭੁੱਖ ਹੜਤਾਲ ਜਾਰੀ ਕਰਨਗੇ। ਹਾਲਾਂਕਿ ਪ੍ਰਸ਼ਾਸਨ ਇਸ ਵਸੀਅਤ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਸੋ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਪੂ ਸੂਰਤ ਸਿੰਘ ਖਾਲਸਾ ਨੇ ਕੀ ਕਿਹਾ, ਤੁਸੀਂ ਖੁਦ ਹੀ ਸੁਣੋ। ਮੈਂ ਕੁਝ 2 ਅੱਖਰ ਵੱਖਰੀ ਕਿਸਮ ਦੇ ਕਹਿਣੇ ਚਾਹੁੰਦਾ ਜਿਹੜੇ ਸਰਕਾਰ ਨੂੰ ਰੜਕਣਗੇ। ਸਭ ਤੋਂ ਪਹਿਲਾਂ ਮੈਂ ਸਮੁੱਚੇ ਸਮਾਜ ਨੂੰ, ਸਰਕਾਰ ਨੂੰ, ਕੌਮ ਨੂੰ, ਬਿਹਾਰ ਨੂੰ ਸਿਰ ਝੁਕਾ ਕੇ ਨਿਮਰਤਾ ਸਹਿਤ, ਸਤਿਕਾਰ ਸਹਿਤ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਗੱਲ ਕਰਨ ਲੱਗਿਆ, ਬਚਨ ਕਰੇ ਖਿਸਕ ਜਾਏ ਸੋਈ ਨਰਕ ਚਾ, ਹੈਰਾਨ ਹੋਵੋਗੇ ਵੀ ਬੁੜਾ ਕੀ ਕਹਿਣ ਲੱਗਿਆ। ਬਚਨ ਕਰੇ ਖਿਸਕ ਜਾਏ ਸੋਈ ਨਰਕ ਚਾ। 15 ਵਿੱਚ ਜਦ ਮੈਂ ਆਰੰਭ ਕੀਤਾ ਪ੍ਰੋਗਰਾਮ, ਅੱਜ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਥੇ ਮੇਰੇ ਨਾਲ ਮੰਜੇ 'ਤੇ ਬੈਠਾ ਸੀ। ਮੈਂ ਅਤੇ ਮੇਰੀ ਪਾਰਟੀ ਤੇਰੇ ਨਾਲ ਹੈ, ਸਰਕਾਰ ਜ਼ੁਲਮ ਕਰਦੀ ਆ, ਇਹ ਜ਼ੁਲਮ ਨੂੰ ਹੁਣ ਬੰਦ ਕਰਕੇ ਦਿਖਾਵਾਂਗੇ, ਬੰਦੀ ਛਡਾ ਕੇ ਦਿਖਾਵਾਂਗੇ। ਐਂ ਹੱਥ ਵੱਜਦਾ ਸੀ। ਅੱਜ ਕਿੱਥੇ ਆ ਉਹਦੇ ਅੱਖਰ? ਮੈਂ ਤੁਹਾਡੇ ਸਾਹਮਣੇ ਪਹਿਰਾ ਦੇ ਰਿਹਾ, 2 ਚੋਂ 1 ਰਹਿ ਗਿਆ, ਪਰ ਮੈਂ 1 ਅੱਖਰ ਦਾ ਵਿਆਖਿਆ ਕੁਝ ਇਸ ਤਰ੍ਹਾਂ ਕਰਦਾ। ਤੁਹਾਨੂੰ ਦੀਦੀ ਆ ਮੇਰੀ ਹਾਲਤ, ਲੰਬਾ ਸਮਾਂ ਹੈ ਨਹੀਂ ਗਾ, ਰੱਜ ਕੇ ਤਾਂ ਕੋਈ ਜੀਵਿਆ ਨਹੀਂ, ਪਰ ਜੇ ਮੈਨੂੰ ਕੁਛ ਹੋ ਜਾਂਦਾ, ਜੇ ਕੋਈ ਵਕੀਲ ਇੱਥੇ ਹੈਗੇ ਆ ਤਾਂ ਉਹਦਾ ਜ਼ਿੰਮੇਵਾਰ ਭਗਵੰਤ ਸਿੰਘ ਮਾਨ ਹੈ। ਮੇਰਾ ਕਾਤਲ ਭਗਵੰਤ ਸਿੰਘ ਮਾਨ ਹੈ, ਮੈਂ ਖੁੱਲ੍ਹੇ ਅੱਖਰਾਂ 'ਚ ਕਹਿੰਦਾ, ਇੱਥੇ ਬੈਠਾ ਹੋਵੇ ਤਾਂ ਵੀ ਕਹੂੰਗਾ। ਸੋ ਇਸ ਲਈ ਜ਼ਿੰਮੇਵਾਰ ਬੰਦੇ ਨੂੰ ਉਹ ਅੱਖਰ ਕਹਿਣੇ ਚਾਹੀਦੇ ਜਿਹੜੇ ਨਿਭਾ ਸਕੇ, ਜਿਹੜੇ ਨਿਭਾ ਨਹੀਂ ਸਕੇ। ਮੈਂ ਆਮ ਵੀਰ ਨੂੰ ਵੀ ਕਹਿੰਦਾ
परिवार तो लैके बाहर तक उन्नी गल करिए जिनी साडे च शक्ति हो। शक्ति तो बाहर गल नहीं करनी चाहिए। हुण मैं मेरा ख्याल तुहानू पता होना मेरी सारी फैमिली कैलिफोर्निया मैं उत्थे बैठा सी बच्चिया नाल हसदा खेडदा सी अपनी नींद सौंदा सी अपनी नींद जागदा सी। मैं देखिया मौजूदा बंडी सिंह रिहा नहीं हो रहा। मैनू की लोड़ पई कानून की लंघना जब सज़ा पूरी होगी फिर क्यों नहीं रिहा होंगे। मेरा यकीन है भी तुम सारे मेरे अखरों से सहमत होवोगे सरकार कानून की लंघना कर रही है मेरे अर्गा कोई कर जे तो गल वखरी है। इसलिए सरकार नूं मैं वार्निंग रूपी कहना मैं अपना शरीर ला दूंगा बंदी रहाई हुंदे देखूंगा जे नहीं देखूंगा तो लोग देखणगे बे फलाने बुढ़े ने आ गल कीती सी। मैं 2 साल उत्थे तड़पदा रहा बे कोई उठे कोई उठे कोई संस्था उठे कोई नौजवान उठन जद उन्हां दी पिट्ठ ते कोई ना खड़िया। मैं जट्टां वालियां 50 गालां अपने आप नूं कढ़ियां कुत्तिया बंदिया लोकां दे मोढे मरदना तूं मरिया होया तूं चल तेरा इत्थे की है तेरी जन्म भूमि है तेरे हीरे है कौम दे। मैं आ गया आके 4-5 अकाली दल सीगे ये मैं अलांबे रूप नहीं कहिंदा गाहां वास्ते नसीहत दे तौर ते 4 अखर कहिंदा ना 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 ये टाइम नहीं है ये ना करी की ना करी। मैं कहना सी भी मैं मन वर्त रखना है मैनू आपदी जत्थेबंदी वालों अपना लो मर जूगा थोड़ी जत्थेबंदी नू दाग नहीं लगन दूंगा। कोई जत्थेबंदी हथ खड़ा करके नहीं कह सकती सिवाए यूनाइटेड अकाली दल तो भी दे सकत्र जनरल जतेंद्र सिंह ईसड़ू है तो गुरदीप सिंह बठिंडा उहदे मुखी ने। चलो बह गए जद मैनू किसी ने हामी ना भरी फैडरेशन ने ना भरी मैं चुप करके घर बह गया अन्न पानी छड़ता। कोई 15-20 दिन बाद प्रशासन की मेहर हो गई मेरे ते इन्होंने लिजा के दास नूं आपका फर्ज पूरा कर लिया क्योंकि सरकार का काम है भी किसी नूं अपने आप मर नहीं देना। उन्होंने ड्यूटी निभाई है मेरे ते कोई जुल्म नहीं किया। मैनू 1-2 हस्पताल लेके गए अखीर उन्होंने मैनू दयानंद हस्पताल एडमिट करा तकरीबन 1 महीना घट 8 साल मैं कुछ नहीं मूँह थानी नहीं करता। मैं कहना पैंदा पर किरपा उहदी आ बंदे दा तां मन हुण ललचाउंदा मैनू आ चाहीदा मैनू आ चाहीदा नहीं ललचाया। एक एडी शीशी जिहड़ी आ पाणी वाली आ इत्थे चिट्टे रंग दी दुध वर्गी हुंदी सी उहनूं फीड कहिंदे सी उह मैनूं 3 टाइम दे दिंदे सी। मैं सेहत हुण खुराक ना रहिणी आ जे इत्थे फोटो होई तुहानूं दिखाऊं मैं पिंजर हो गया कोई घबराहट नहीं आई मन च बई मैं हुण मर जाऊंगा सगों चा बनदा सीगा खुशी हुंदी सी बई मैं कौम दे लेखे तां लगूंगा कौम दे लेखे लगना भागां वाले बंदे दे काम है मेरे अनुसार आप दे लेखे तां हरेक ही लगदा मापे भी चाहुंदे आ भैण भरा भी चाहुंदे आ।
ਤੇ ਹੁਣ ਮਸਲਾ ਆ ਗਿਆ ਆਪਣਾ ਅੱਜ ਦੇ ਹਾਲਾਤ ਦਾ। ਅੱਜ ਦੇ ਹਾਲਾਤ ਵਿੱਚ ਮੈਂ ਪ੍ਰਸ਼ਾਸਨ ਨੂੰ ਹੱਥ ਪੈਰ ਦੋਨੋਂ ਜੋੜ ਕੇ ਬੇਨਤੀ ਕਰਨਾ ਕਿ ਪੰਜਾਬ ਦੇ ਅਮਨ ਨੂੰ ਭੰਗ ਨਾ ਕਰੋ। ਜੋ ਲੱਛਣ ਚੱਲ ਰਹੇ ਹੈ ਮੈਨੂੰ ਲੱਗਦਾ ਭੰਗ ਹੋ ਰਿਹਾ ਹੋਣਾ, ਪਰ ਮੈਂ ਕਹਿੰਦਾ ਵੀ ਨਹੀਂ, ਪ੍ਰਸ਼ਾਸਨ ਵਾਸਤਾ ਰੱਬ ਦਾ, ਪੰਜਾਬ 'ਤੇ ਹੋਰ ਬੜੀਆਂ ਔਕੜਾਂ ਨੇ ਅਤੇ ਉਹਨਾਂ ਨੂੰ ਹੱਲ ਕਰ ਲਈਏ, ਇੱਕ ਨਵੀਂ ਕ੍ਰੀਏਟ ਨਾ ਕਰੋ। ਕਿਉਂਕਿ ਇਹਦੇ ਨਾਲ ਇਉਂ ਹੈ, ਮੈਂ ਕੋਈ ਵਾਇਲੇਸ਼ਨ ਤਾਂ ਕਰ ਨਹੀਂ ਰਿਹਾ, ਮੈਂ ਕਿਤੇ ਵੀ ਹਾਂ ਮੰਜੇ 'ਤੇ ਪਿਆ, ਤੁਹਾਡੇ ਸਾਹਮਣੇ ਦੋ ਜਣੇ ਫੜ ਕੇ ਮੈਨੂੰ ਇੱਥੇ ਬਿਠਾਉਂਦੇ ਆ। ਜੇ ਮੰਜੇ 'ਤੇ ਵੀ ਪਿਆ ਇਹ ਤਾਂ ਫਿਜ਼ੀਕਲ ਹੋ ਗਿਆ, ਮੈਂ ਜਵਾਨੀ ਦਾ ਜਵਾਨ ਨਾਲ ਤਾਂ ਕੁਛ ਬੋਲ ਸਕਦਾ, ਮੇਰਾ ਇੱਕ ਅੱਖਰ ਦਿਖਾ ਰਿਹਾ ਵੀ ਮੈਂ ਕਦੇ ਕੋਈ ਵਾਇਲੇਟਡ ਗੱਲ ਕੀਤੀ ਆ ਨਹੀਂ। ਮਾਵਾਂ ਪੁੱਤਾਂ ਨੂੰ ਕਿਵੇਂ ਪਾਲਦੀਆਂ, ਮਾਵਾਂ ਨੂੰ ਪੁੱਤਾਂ, ਮੈਂ ਮਾਵਾਂ ਦੇ ਪੁੱਤਾਂ ਨੂੰ ਬਚਾਉਂਦਾ ਬਚਾਉਂਦਾ ਆਪ ਇੱਧਰ ਨੂੰ ਤੁਰਪਾ ਲਾਣਤ ਹੈ ਮੇਰੇ। ਫਿਰ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਦਾ, 95 ਤੋਂ ਪਹਿਲਾਂ ਰੋਜ਼ ਮਾਵਾਂ ਦੀਆਂ ਦੋ ਦੋ ਤਿੰਨ ਤਿੰਨ ਗੋਦੀਆਂ ਖਾਧੀ ਹੁੰਦੀਆਂ ਸੀ। ਕਰਦਾ ਕੌਣ ਸੀ? ਪ੍ਰਸ਼ਾਸਨ। ਕਿਉਂ ਕਰਦਾ ਸੀ? ਹੁਕਮ ਡਾਢਿਆਂ ਦਾ ਸੀ, ਮੰਨਣਾ ਪੈਂਦਾ ਸੀ। ਮੈਂ ਵੀ ਉਸ ਘਾਟੀ ਥਾਲੀ ਦੀ ਨੰਘਿਆਂ ਦੱਸੂੰਗਾ। ਕਿਹਦਾ ਹੁਕਮ ਸੀ ਉਹ? ਬੇਅੰਤ ਸਿੰਘ ਦਾ, ਮੁੱਖ ਮੰਤਰੀ ਦਾ। ਮੈਂ ਤੁਹਾਨੂੰ ਯਾਦ ਕਰਾਉਂਦਾ 95 ਦੀ ਘਟਨਾ ਇਹ ਬੇਅੰਤ ਸਿੰਘ ਵਾਲੀ। ਕੋਈ ਉਦੋਂ ਬਾਅਦ ਮੁਕਾਬਲਾ ਹੋਇਆ? ਕੋਈ ਦੱਸ ਦਿਓ। ਫਿਰ ਕੀ ਇਹ ਬੰਦੇ ਦਾ ਪ੍ਰਬੰਧ ਕਰਨਾ ਕੀਤਾ ਨਹੀਂ ਹੋਇਆ? ਇਹ ਮਿੱਟੀ ਦੇ ਬਣੇ ਹੋਏ ਜਵਾਨ ਸੀਗੇ ਜਿਨ੍ਹਾਂ ਨੂੰ ਗੋਲੀਆਂ ਮਾਰ ਮਾਰ ਕੇ ਖਾਕ ਚੜਾ ਤਾ। ਨਿੱਜੀ ਗੱਲ, ਬੇਅੰਤ ਸਿੰਘ ਦਾ ਸਕਾ ਭਾਣਜਾ ਤੇਜ ਸਿੰਘ ਗਰੇਵਾਲ ਲੁਧਿਆਣੇ ਰਹਿੰਦੇ। ਅਸੀਂ ਇੱਕ ਦੂਜੇ ਦੇ ਨੱਕ ਦੇ ਵਾਲ ਸੀਗੇ, ਵੀ ਸ਼ਾਮ ਨੂੰ ਨਹੀਂ ਮਿਲਦੇ ਸਾਨੂੰ ਤੜਪਣਾ ਲੱਗ ਜਾਂਦੀ ਸੀ। ਲੰਮਾ ਸਮਾਂ ਫੋਨ ਵੀ ਨਹੀਂ ਹੋਇਆ, ਪਰ ਮੈਨੂੰ ਖੁਸ਼ੀ ਹੋਈ ਹੈ ਉਹ ਇਨਸਾਨ ਨਿਕਲੇ ਹੈ ਅਤੇ ਆ ਕੇ ਗੱਲ ਵਟਕੜੀ ਪਾਈ ਹੈ, ਮੈਨੂੰ ਦੁੱਖ ਅੱਧਾ ਭੁੱਲ ਗਿਆ। ਉਧਰੀ ਦੂਜੇ ਪਾਸੇ ਕੌਮੀ ਇਨਸਾਫ ਮੋਰਚਾ ਦੇ ਗੁਰਚਰਨ ਸਿੰਘ ਬਾਪੂ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਮੋਰਚੇ ਦੀ ਸਮੁੱਚੀ ਟੀਮ ਉਹਨਾਂ ਨੂੰ ਸਤਿਕਾਰ ਨਾਲ ਅੱਜ ਲੈਣ ਵਾਸਤੇ ਆਈ ਸੀ। ਸਾਡੇ ਵਕੀਲ ਸਾਹਿਬ ਵੀ ਨਾਲ ਖੜੇ ਆ, ਖਾਰਾ ਸਾਹਿਬ, ਐਡਵੋਕੇਟ ਲਲਛੇਰ ਸਿੰਘ, ਗੁਰਚਰਨ ਸਿੰਘ। ਸੋ ਅੱਜ ਪ੍ਰਸ਼ਾਸਨ ਨੇ ਉਹਨਾਂ ਨੂੰ ਸਾਡੇ ਨਾਲ ਜਾਣ ਤੋਂ ਰੋਕ ਦਿਆ। ਸੋ ਉਹਨਾਂ ਨੇ ਵੀ ਪ੍ਰੈਸ ਦੇ ਸਾਹਮਣੇ ਆਪਣੀ ਭਾਵਨਾਵਾਂ ਦੀ ਪ੍ਰਗਟਾਵਾ ਕੀਤਾ। ਸੋ ਅੱਜ ਅਸੀਂ ਇਸ ਪ੍ਰਸ਼ਾਸਨ ਦੇ, ਸਰਕਾਰਾਂ ਦੇ ਇਸ ਰਵੱਈਏ ਦੀ ਵੀ ਦੇਖੋ ਕਿਸ ਤਰ੍ਹਾਂ ਸਾਡੇ ਨਾਲ ਇੱਕ ਦੂਜੇ ਦਰਜੇ ਦੇ ਸ਼ਹਿਰੀ ਦਾ ਵਰਤਾਓ ਕੀਤਾ ਜਾ ਰਿਹਾ। ਸਾਨੂੰ ਜਿਹੜੇ ਅਧਿਕਾਰ ਹੈ ਉਹਨਾਂ ਦੀ ਵੀ ਸਾਨੂੰ ਆਪਣੇ ਪਾਲਣਾ ਕਰਨ ਤੋਂ ਰੋਕਿਆ ਜਾ ਰਿਹਾ। ਸੋ ਅੱਜ ਅਸੀਂ ਸਰਕਾਰ ਦੇ ਇਸ ਸਿਸਟਮ ਦੀ ਜਿਹੜਾ ਅੱਜ ਸਿਰਜਿਆ, ਭਾਵੇਂ ਇੱਥੇ SDM ਮੌਕੇ 'ਤੇ ਹੈ ਜਾਂ ਪੁਲਿਸ ਪ੍ਰਸ਼ਾਸਨ ਹੈ, ਅਸੀਂ ਉਹਨਾਂ ਦੇ ਰਵੱਈਏ ਦੀ ਨਿਖੇਧੀ ਕਰਦੇ ਹਾਂ। ਇਸ ਸੰਬੰਧੀ ਗੱਲਬਾਤ ਕਰਦੇ ਹਾਂ, ਮੋਰਚੇ ਦੇ ਬੁਲਾਰੇ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਪਤਵੰਤਿਆਂ ਦੀ ਹਾਜ਼ਰੀ 'ਚ ਵਸੀਅਤ ਤਿਆਰ ਕੀਤੀ ਗਈ ਹੈ ਅਤੇ 14 ਤੋਂ 18 ਅਪ੍ਰੈਲ ਤੱਕ ਉਹਨਾਂ ਦੇ ਪਿੰਡ ਦੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਰੱਖਣ ਉਪਰੰਤ ਭੋਗ ਪਾਏ ਜਾਣਗੇ ਅਤੇ ਇਸ ਤੋਂ ਬਾਅਦ ਉਹ ਭੁੱਖ ਹੜਤਾਲ ਸ਼ੁਰੂ ਕਰਨਗੇ। ਬਾਪੂ ਸੂਰਤ ਸਿੰਘ ਖਾਲਸਾ ਦੇ ਅਕਾਲ ਚਲਾਨਾ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਵੀ ਕੌਮੀ ਇਨਸਾਫ ਮੋਰਚੇ ਨੂੰ ਸੌਂਪੀ ਜਾਵੇ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਮੋਹਾਲੀ ਦੇ ਧਰਨੇ ਵਾਲੀ ਥਾਂ ਤੇ ਕੀਤਾ ਜਾਵੇ। ਸੋ ਅਜਿਹਾ ਕਹਿਣਾ ਹੈ ਕੌਮੀ ਇਨਸਾਫ ਮੋਰਚਾ ਦੇ ਬੁਲਾਰੇ ਬਲਵਿੰਦਰ ਸਿੰਘ ਦਾ। ਸੋ ਅੱਗੇ ਗੱਲਬਾਤ ਕਰਦੇ ਕੀ ਕਿਹਾ, ਆਓ ਸੁਣਦੇ ਹਾਂ। ਪ੍ਰਸ਼ਾਸਨ ਨੇ ਮਨਾ ਕਰ ਦਿੱਤਾ ਅਗਲੀ ਰਣਨੀਤੀ। ਦੇਖੋ, ਭਾਰਤੀ ਲੋਕਤੰਤਰ ਦਾ ਅੱਜ ਇੱਕ ਕਾਲਾ ਅਧਿਆਇ ਲਿਖਿਆ ਗਿਆ।
केजरीवाल अते भगवंत मान की सरकार ने आपदे मूँह के उत्ते एक बहुत वड्डी कलख मली है। असी तुहाडे जरिए समुची सिख कौम नू देश विदेश विच बैठियां संगतां नू पूरे भारत अते दुनिया के लोगों नू ये दसना चाहुंदे आ कि 26 फरवरी नू सरकार दे दो मंत्रियां ने पुलिस प्रशासन के आला अफसरां ने एक सहमति कौमी इंसाफ मोर्चे दे नाल बनाई सी जिदे विच उन्होंने 28 फरवरी नू एक प्रेस नोट जारी करके कहा सी कि असी बापू सूरत सिंह होरां नू हॉस्पिटल तो रिलीज़ करांगे पुलिस कस्टडी चों। 15 दिनां बाद मोर्चा जिहड़ा हैगा उन्हां नू कौमी इंसाफ मोर्चे दे विच लिजा सकदा। अज उस घटना नू एक महीने तो उपर दा समा हो गया, पहलां भी दो बार कोशिशां होईयां, बापू जी होरां ने प्रोग्राम बकायदा दित्ता है, गलबात होई पर SSP जगराओं होरां ने इत्थे आ के जबरी बापू जी तो मना करवाया। अज बापू जी ने अक के जिहड़ा फैसला लिया वो भारतीय लोकतंत्र दे अध्याय विच मनुखी अधिकारां दे हक्कां लई एक काला धब्बा एक काला दिन बन गया। उन्होंने अपनी एक वसीयत कीती है जिहड़ी वसीयत मैं हूबहू तुहानू पढ़ के सुनाउणी चाहुंदा। वसीयतनामा मैं सूरत सिंह पुत्र डॉक्टर संतोख सिंह पुत्र श्री ध्यान सिंह उम्र करीब 99 साल वासी पिंड हसनपुर तहसील अते जिला लुधियाना अज मिति 8 अप्रैल 2023 नू अपने घर पिंड हसनपुर विच अते कुछ पतवंते बंदियां दी हाजरी विच अपनी आजाद मर्जी नाल अते बिना किसी दबाव तो अपनी वसीयत लिख रहा हाँ कि मिति 16/4/23 तो मेरे घर विच श्री अखंड पाठ साहिब शुरू किए जाणगे अते 18/4/23 नू भोग पाए जाणगे। अरदास उपरंत हुक्मनामा लैके सरकार दे जबर विरुद्ध गुरु साहब दे हुक्म अनुसार मैं मरन वरत दोबारा शुरू करांगा। मरन तो बाद मेरी आखिरी इच्छा है कि मेरा संस्कार अते मेरियां अंतम रस्मां कौमी इंसाफ मोर्चा चंडीगढ़ विच कीतियां जाण। मेरी सारी कौम नू बेनती है कि मैनू ज्यौंदे जी मौजूदा सरकार अज मैनू मोर्चे विच चंडीगढ़ जाण तो रोक रही है, पर मेरे मरण तो बाद मेरी मृतक देह नू मोर्चे विच लै के जाया जावे। मेरी अपनी कौम सिखां ते संगतां नू यही आखिरी बेनती है। मैं आस करदा हाँ कि तुसी मेरी बेनती प्रवान करोगे, इसलिए अज मैं इस संबंधी अपनी आखिरी वसीयत लिख दित्ती है। मेरा परिवार अते मेरे मित्र जां संबंधी इस विच दखल अंदाजी ना करन, ए मेरी उन्हां सारयां नू बेनती है, क्योंकि मैं अते मेरा शरीर सिर्फ कौम दी अमानत है। ते भुखड़ताल जिहड़ी मरनवर तो अपने गृह विखे हसनपुर विखे रखणगे, कुदरती गल है जी कि पुलिस इन्हां नू दुबारा जाण तो रोकेगी, पुलिस इन्हां नू दुबारा होस्पिटल 'च एडमिट कराएगी, जिन्ना जबर भी पुलिस कर सकती है वह करेगी। और एक वड्डी ते विशेष गल तुहानू दसना चाहुंदे आ कि असी पुलिस नू बेनती कीती सी डॉक्टर साहिबान दी हाजरी च कि तुसी डॉक्टर नू नाल भेजो, जेकर उन्हां दी सेहत विगड़दी है असी उन्हां नू रस्ते चों वापस कर देंगे, कौमी इंसाफ मोर्चे च श्री गुरु ग्रंथ साहिब जी नू नतमस्तक होण तों बाद वापस कर देंगे, अदरवाइज़ भी असी उन्हां नू कल नू वापस कर देंगे, क्योंकि असी उन्हां नू तंदुरुस्त अते सेहत याब देखना चाहुंदे आ। परंतु पुलिस प्रशासन ने अपने आला अफसरां नाल ते सरकार नाल गलबात कीती ते उन्हां दा दसना यह है कि सरकार ने कोरी ना कर दिती है कि तुसी जो मर्जी करो असी इन्हां नू नहीं लैके जाण देंगे। सो ये बहुत ही शर्म वाली गल है और असी तुहाडे जरिए यह सुनेहा कौमी इंसाफ मोर्चे की समुची टीम वालों देना चाहते हैं कि सारी समुची टीम सारिया सिख संगतां इस माड़ी हुक्मरान सरकार दियां आउण वाले दिनां दे विच जड़ां पोलियां कर देणगे। सारिया सिख संगतां सारे इंसाफ पसंद लोग इन्हां नूं ओह सबक सिखाउणगे जिहड़ा इह चेते रखणगे। बलविंदर जी जिहड़ा अमरनवर तों बापू जी रखणगे ते जिहड़े कौमी इंसाफ मोर्चे दे आगू हैगे ने जां होर सिख संगतां हैगीआं ने फिर ओह घर आणगीआं इत्थे अगे इकट्ठीआं होणगीआं। देखो उहदे च मैं एक बेनती करां कि अज वी 1000 तों वध संगतां असी पूरी तरह अनुशासन दे विच रहे हां,
केवल 10 बंदे जिहड़े इत्थे पहुंचे आ उन्हां नूं लैण वास्ते, क्योंकि पुलिस ने जगह जगह पर बैरीकेडिंग की सी, कल्ले कल्ले दा नां लिख के सानूं पिंड च दाखिल होण दित्ता गया। बाकी दी 1000 तो वध सिख संगत गुरदीप सिंह बठिंडा की अगवाई दे विच, क्योंकि ये उन्हां दी पार्टी दे सरप्रस्त ने, वो पार्टी सी जिन्हों संत जरनैल सिंह खालसा भिंडरांवालिआं दे पिता जी ने बनाया सी, जिन्हां ने कदे हुंजा फेर इत्थे 11 सीटां जिहड़ियां हैगियां लोक सभा दीआं जित्तियां सन संगत दे प्यार ते सहयोग दे नाल। अज उन्हां दे 1000 वर्कर जिहड़े हैगे आ उह ज्योति सरूप गुरद्वारे बापू जी का इंतजार कर रहे सी। प्रशासन रात दे 1 बजे तक सानू लारा लाउंदा रहा, ते अज समुचे सिखां दा, समुचियां सिख संगतां दा मन जिहड़ा हिरदा वह वलुंदरिया गया, और इस सरकार ने आपके मथे दे उत्ते कलंक लवा लिया। एक डॉक्टर का कहना है कि मेडिकल अनफिट ने, बीपी शुगर हो भी तुम अभी गल कि इशूस ने सेहत ले, कहने द्वारा फिर चैकअप असी सरकार नूं ये बेनती की सी कि दो गल्लां ने, पंजाब दे विच 20 लख लोगों का बीपी शुगर वध है, 10 लख लोगों के पैर सुजदे है, तुसी किसी की क्यों गरंटी नहीं ली। दूजी गल, असी डॉक्टर साहब नूं बेनती की सी, SDM साहब नूं ते डिप्टी साहब नूं कहा सी कि तुसी लिख के दे दिओ कि इत्थे रखिया बापू जी का शरीर है जिहड़ा उह सुरगवास नहीं होणगे तां असी वापस मुड़ जांदे। सो ये बेहुदा गल्ल है, सरकार ने 15 दिनों का समा लिया सी, असी सवा महीना कढ़ता, अज ये कह रहे आ 2 दिनों बाद लै जिओ। इत्थे तुहानूं जिक्र करना चाहुंदा कि बापू जी अपने एक घरेलू फंक्शन दे उत्ते 2 दिन बठिंडे रह के आए है, और उहदे तों अलावा इन्हां ने अपना पासपोर्ट रिन्यू करवाउणा सी, बकायदा SHO साहब आपदी गड्डी 'च बिठा के लैके गए आ पासपोर्ट ऑफिस, जे उदों कोई दिक्कत नहीं आई तां अपनी कौम दे नाल खड़न लई 1 दिन देण वास्ते इस सरकार नूं की दिक्कत सी। सो बेनती है कि ये पूरी तरह लोकतंत्र का कतल है, सिखां नूं दबाया जा रहा है, और सिखां ऐसे बरतांत सिरच के सिख कौम नूं बदनाम किया जा रहा है, केंद्र सरकार की शह ते उहदा मूँह तोड़ जवाब जिहड़ा उह सिख संगतां ते पंजाब दे इंसाफ पसंद लोक धर्मां तों जातां तों मजहबां तों उपर उठ के देणगे। एडवोकेट खारा जी नाल खड़े है, इन्हां ने विल लिखी है, तरुण जैन बाबा जी पिछे खड़े है जैन समुदाय चों, ये हमेशा बापू जी दे नाल रहिंदे है, असी धर्मां जातां तों मजहबां तों उपर उठ के लड़ाई लड़ांगे और सरकार नूं सबक सिखावांगे। धन्यवाद तुहाडा। ठीक है, इस संबंधी गलबात करदे आं लुधियाना SDM ਗੁਰਬੀਰ ਸਿੰਘ ਕੋਹਲੀ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਬੋਲੋ ਕਿ ਉਹਨਾਂ ਨੇ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ, ਆਪਣੀ ਬਿੱਲ ਲਿਖਤੀ ਹੈ, ਇਹਨਾਂ ਦੀ ਮਨਜ਼ੂਰੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਮਨਜ਼ੂਰੀ ਪੀਤੀ ਹੈ ਸਰਕਾਰ ਪ੍ਰਸ਼ਾਸਨ ਤੋਂ? ਬਿੱਲ ਕਰਨ ਲਈ ਕੋਈ ਮਨਜ਼ੂਰੀ ਨਹੀਂ, ਮਨਜ਼ੂਰੀ ਦੀ ਜ਼ਰੂਰਤ ਨਹੀਂ ਹੁੰਦੀ। ਇੱਕ ਬਿੱਲ ਕੀਤੀ ਹੈ ਜੇ ਸਾਨੂੰ ਇਸ ਬਾਰੇ ਨਹੀਂ ਕੋਈ ਦਿੱਤੀ ਕਾਪੀ ਹੈ, ਤੁਹਾਡੇ ਮੁੱਲ 'ਚ ਨਹੀਂ ਹੈਗਾ ਸਰ ਇਸ ਬਾਰੇ ਕੁਛ ਨਹੀਂ, ਸਾਨੂੰ ਕੋਈ ਕਾਪੀ ਨਹੀਂ ਦਿੱਤੀ ਹੈ ਜੇ ਇਹਨਾਂ ਨੇ, ਜੇ ਦੇਣਗੇ ਤਾਂ ਅਸੀਂ ਦੇਖ ਲਵਾਂਗੇ, ਚੈੱਕ ਕਰ ਲਵਾਂਗੇ। ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਦੁਬਾਰਾ ਭੁਗਤਾ ਕਰਨ ਲਈ 14 ਤਰੀਕ ਤੋਂ ਕਾਦਿਲ ਤਾਫੇ ਦੁਬਾਰਾ ਤੁਰਨ ਫਿਰਨ ਚ ਦਿੱਕਤ ਹੈਗੀ ਹੈ, ਠੀਕ ਹੈ, ਬਾਕੀ ਇਹਨਾਂ ਦਾ BP ਵੀ ਹਾਈ ਰਹਿੰਦਾ ਤੇ ਉਹਦੀ ਦਵਾਈ ਵਗੈਰਾ ਚੱਲ ਰਹੀ ਹੈਗੀ, ਉਸ ਲਈ ਇਹਨਾਂ ਨੂੰ ਬੈੱਡ ਰੈਸਟ ਪਹਿਲਾਂ ਹੀ ਕੀਤਾ ਗਿਆ ਕਿਹਾ ਗਿਆ, ਬਾਕੀ ਇਹਨਾਂ ਨੂੰ ਜੋ ਵੀ ਪੁਰਾਣੀਆਂ ਇਹਨਾਂ ਦੀ ਮੈਡੀਕਲ ਕੰਡੀਸ਼ਨ ਹੈਗੀ ਹੈ ਉਹ ਚੀਜ਼ ਸਪਸ਼ਟ ਕੀਤਾ ਗਿਆ ਹੋਇਆ ਪਹਿਲਾਂ ਤਾਂ DMC ਦੇ ਥਰੂ ਕਿ ਇਹਨਾਂ ਦਾ ਕੋਈ ਵੀ ਟਰੈਵਲ ਕਰਨਾ ਮੁਸ਼ਕਿਲ ਹੈਗਾ। ਮਤਲਬ ਜਿਵੇਂ ਕਿ ਹੁਣ ਟਰੈਵਲ ਨਹੀਂ ਕਰ ਸਕਦੇ, ਜਾਣ ਦੀ ਗੱਲ ਕੀਤੀ ਜਾ ਰਹੀ, ਟਰੈਵਲ ਫਿਟ ਨਹੀਂ ਟੈਬਲੇਟ ਵਾਸਤੇ? ਮੇਰੇ ਲਈ ਪੇਸ਼ੈਂਟ ਫਿਟ ਨਹੀਂ ਹੈਗਾ, ਬਾਕੀ ਟਰੈਵਲਿੰਗ ਹੋਵੇ ਜਾਂ ਹੋਰ ਕੋਈ ਸਟ੍ਰੇਨਸ ਐਕਟੀਵਿਟੀ ਜਿਹ 'ਚ ਮਤਲਬ ਜ਼ੋਰ ਲੱਗਦਾ ਹੈਗਾ ਉਹ 'ਚ ਇਹਨਾਂ ਦੀ ਹਾਲਤ ਖਰਾਬ ਹੋ ਸਕਦੀ ਹੈ। ਜੀ ਵੈਸੇ ਤੁਸੀਂ ਲਗਾਤਾਰ ਚੈੱਕਅਪ ਕਰਦੇ ਹੋ, ਤੁਹਾਨੂੰ ਲੱਗਦਾ ਕਿ ਪਰੇਸ਼ਾਨੀ ਹੋਰ ਵੀ ਸੀਟ ਹੈਗੀਆਂ ਨੇ ਕਈ ਇਹਨਾਂ ਦੇ? ਸਰ ਮੇਰਾ ਅਸੀਂ ਰੈਗੂਲਰਲੀ ਦਿਨ ਬਦਲ ਕੇ ਆਉਂਦੇ ਹਾਂ ਡਾਕਟਰ ਚੈੱਕ ਕਰਨ ਦੇ ਨਾਲ, ਰੂਟੀਨ ਬਾਏ ਇਹਨਾਂ ਦਾ ਜਿਹੜਾ ਰੈਗੂਲਰ ਮੈਡੀਕਲ ਚੈੱਕਅਪ ਹੁੰਦਾ ਅਤੇ ਉਹਦੇ 'ਚ ਜਿਹੜਾ ਸਿਸਟਮ ਵਗੈਰਾ, ਬਾਕੀ ਜਿਹੜੇ ਡੀਪ ਟੈਸਟ ਹੈਗੇ ਉਹ ਟੈਸਟਾਂ ਤੋਂ ਬਾਅਦ ਜਿਹੜੀਆਂ ਹੋਰ ਬਿਮਾਰੀਆਂ ਹੈਗਾ ਉਹਦਾ ਚੈੱਕਅਪ ਨਹੀਂ ਅਸੀਂ ਕਰਦੇ, ਰੈਗੂਲਰ ਚੈੱਕਅਪ ਕਰਦੇ ਹਾਂ, ਠੀਕ ਹੈ, ਉਸ ਚੀਜ਼ ਲਈ ਉਹ ਫਿੱਟ ਨਹੀਂ ਹੈਗੇ। A1 ਮੀਡੀਆ ਲਈ ਲੁਧਿਆਣਾ ਤੋਂ ਦਿਵਿਆਂਸ਼ੂ ਭੰਡਾਰੀ ਦੀ ਖਾਸ ਰਿਪੋਰਟ।